पटियाला पुलिस ने वलों चलाए एक स्पेशल ऑपरेशन दे दौरान वक्फ केसां दे विच चार दोषियों नूं गिरफ्तार किया गया ते उन्हां दे कोलों शेर नजायज पिस्तौल बरामद किए गए ने। सीएगी स्टाफ पटियाला की पुलिस टीम ने गुप्त सूचना के आधार से 26 नवंबर 2022 को बस अड्डा पारसो पटियाला रोड तो स्कॉडा कार च सवार दो मुलजमान गिरफ्तार किया। जिन्हों के कोलों हथियार बरामद किए गए सन जिन्हों की पछाण रविंदर सिंह उर्फ बिंदा गुजर ते गुरविंदर सिंह उर्फ सुंदर वजो हुई सी। जिन्हों के कब्जे चो चार पिस्तौल 32 बोर सने 20 राउंड बरामद किए गए सन। जिन्हों के खिलाफ 2019 च आर्म्स एक्ट तहत थाना बख्शीवाल च मामला दर्ज किया गया सी। ਜਦੋਂ ਅਸੀਂ ਦੋ ਦੋਸ਼ੀ ਗ੍ਰਿਫਤਾਰ ਕਰ ਗਏ ਉਹਨਾਂ ਤੋਂ 32 ਬੋਰ ਦੇ 4 ਪਿਸਟਲ ਅਤੇ 20 ਰਾਊਂਡ ਰਿਕਵਰ ਕੀਤੇ। ਇੱਕ ਦੂਜੇ ਮੁਕਦਮੇ 'ਚ ਅਸੀਂ 315 ਬੋਰ ਦੇ 2 ਦੇਸੀ ਪਿਸਟਲ ਅਤੇ 6 ਰਾਊਂਡ ਰਿਕਵਰ ਕੀਤੇ। ਇਹਨਾਂ ਦਾ ਬੈਕਗਰਾਊਂਡ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਜਿਹੜਾ ਬਖਸ਼ੀਵਾਲ ਦਾ 79 ਨੰਬਰ ਮੁਕਦਮਾ ਹੈ ਇਸੇ ਸਾਲ ਦਾ, ਉਹਦੇ 'ਚ ਜਿਹੜੇ ਅਸੀਂ ਦੋ ਦੋਸ਼ੀ ਅਰੈਸਟ ਕੀਤੇ ਉਹਨਾਂ 'ਚ ਇੱਕ ਬਿੰਦਾ ਗੁਜਰ ਹੈਗਾ ਹੈ ਅਤੇ ਇੱਕ ਗੁੰਦਰ ਹੈਗਾ ਹੈ। ਗੁੰਦਰ ਪਸਿਆਣੇ ਦਾ ਰਹਿਣ ਵਾਲਾ ਹੈ ਅਤੇ ਬਿੰਦਾ ਗੁੱਜਰ ਜੁਲਕਾਂ ਦੇ ਛਪੜਾਰ ਪਿੰਡ ਦਾ ਰਹਿਣ ਵਾਲਾ ਹੈ। ਇਹਨਾਂ ਦੋਨਾਂ ਬੰਦਿਆਂ 'ਤੇ ਪਟਿਆਲੇ ਜ਼ਿਲ੍ਹੇ 'ਚ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹੈ ਅਤੇ ਜਿਹੜਾ ਇਹ ਗੈਂਗ ਆ, ਇਹ ਜਿਹੜਾ ਐਸਕੇ ਫਰੋਡ ਗੈਂਗ ਸੀਗਾ, ਉਹਦਾ ਐਂਟੀ ਗੈਂਗ ਆ 'ਚ ਗਿਣਿਆ ਜਾਂਦਾ ਹੈ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।